ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਬਲਜੀਤ ਸਿੰਘ। ਨੈਕਸਟ ਕੁਐਸਚਨ ਸਾਡੇ ਕੋਲ ਕਿ ਥਰਡ ਕਹਿੰਦਾ, ਹੇਠਾਂ ਦਿੱਤੇ ਰੇਖੀ ਸਮੀਕਰਨ ਜੋੜੇ ਨੂੰ ਪ੍ਰਤੀਸਥਾਪਨ ਅਤੇ ਤਿਰਛੀ ਗੁਣੀ ਵਿਧਾ ਨਾਲ ਹੱਲ ਕਰੋ। ਤੁਸੀਂ ਕਿਹੜੀ ਵਿਧੀ ਨੂੰ ਢੁਕਵੀਂ ਮੰਨ ਦਿੰਦੇ ਹੋ? ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ। ਇਹ ਦੋ ਕੁਐਸਚਨ ਦਿੱਤੀ ਹੈ, ਦੋ ਤਰੀਕੇ ਨਾਲ ਕਰਨਾ। ਇਹ ਤੁਹਾਨੂੰ 5 ਮਾਰਕਸ ਕੁਐਸਚਨ ਵੀ ਆ ਸਕਦਾ ਜੇ ਤਿਰਛੀ ਗੁਣਾ ਨਾ ਆਈ। ਦੋਨੋਂ ਤਰੀਕੇ ਨਾਲ ਕਰਨ ਦੇ ਉੱਤੇ ਜੋੜੇ ਨੂੰ ਪ੍ਰਤੀਸਥਾਪਨ ਵਿਧੀ ਨਾਲ ਵੀ ਕਰਨਾ ਹੈ ਅਤੇ ਤਿਰਛੀ ਗੁਣੀ ਨਾਲ ਵਿਧੀ ਨਾਲ ਵੀ ਕਰਨਾ ਹੈ। ਪ੍ਰਤੀਸਥਾਪਨ ਤੁਸੀਂ ਸਿੱਖ ਲਈ ਹੈ ਕਿ ਐਕਸ ਦੀ ਐਕਸ ਨੂੰ ਇੱਕ ਪਾਸੇ ਜਾਂ ਵਾਈ ਨੂੰ ਇੱਕ ਪਾਸੇ ਕਰਕੇ ਪਹਿਲੀ ਕੁਐਸਚਨ ਤੋਂ ਬਣਾਓ ਚਾਹੇ ਦੂਜੀ ਤੋਂ ਬਣਾਓ। ਉਹਨੂੰ ਜੇ ਪਹਿਲੇ ਤੋਂ ਬਣਾਇਆ ਤਾਂ ਦੂਜੀ 'ਚ ਪੁੱਟ, ਜੇ ਦੂਜੀ ਤੋਂ ਬਣਾਇਆ ਤਾਂ ਪਹਿਲੇ 'ਚ ਪੁੱਟ ਕਰਨਾ ਸੀ ਪ੍ਰਤੀਸਥਾਪਨ। ਤਿਰਛੀ ਗੁਣਾ ਫਿਰ ਆਪਾਂ ਨੂੰ ਪਤਾ ਹੀ ਹੈ ਉਹ ਕੀ ਹੈ, 23, 23, 31, 12 ਵਾਲਾ। ਠੀਕ ਹੈ, ਚਲੋ ਸਵਾਲ ਨੂੰ ਸੋਲਵ ਕਰਦੇ ਹਾਂ। ਸੌਖਾ ਜਿਹਾ ਸਵਾਲ ਹੈ, ਬਸ ਦੋ ਤਰੀਕਿਆਂ ਨਾਲ ਸਵਾਲ ਨੂੰ ਸੋਲਵ ਕਰਨਾ, ਹੋਰ ਕੁਛ ਵੀ ਨਹੀਂ ਕਰਨਾ ਹੈਗਾ। ਤਾਂ ਇਹ ਐਕਸਰਸਾਈਜ਼ ਅਸੀਂ ਕਰਦੇ ਪਏ ਹਾਂ। 3.5 ਦੋ ਮੈਥਡ ਕਰ ਰਹੇ ਹਾਂ। ਪਹਿਲਾਂ ਮੇਰੇ ਕੋਲ ਕੀ ਹੈ, ਪ੍ਰਤੀਸਥਾਪਨ ਕਰਨਾ ਹੈ ਅਤੇ ਦੂਜਾ ਕੀ ਕਰਨਾ ਹੈ, ਤਿਰਛੀ ਗੁਣਾ ਕਰਨੀ ਹੈ। ਠੀਕ ਹੈ, ਤਾਂ ਇਕੁਏਸ਼ਨ ਮੇਰੇ ਕੋਲ ਕੀ ਆ, 8x+5y = 9 ਅਤੇ 3x+2y = 4। ਠੀਕ ਹੈ, ਇਹ ਇਕੁਏਸ਼ਨ ਨੰਬਰ 1 ਹੈ, ਇਹ ਇਕੁਏਸ਼ਨ ਨੰਬਰ 2 ਹੈ। ਅਸੀਂ ਇਕੁਏਸ਼ਨ ਨੰਬਰ ਸਮੀਕਰਨ ਤੋਂ ਬਣਾ ਲੈਂਦੇ ਹਾਂ, ਮੈਂ ਐਕਸ ਦਾ ਬਣਾ ਲੈਂਦਾ। ਠੀਕ ਹੈ ਜੀ, ਤਾਂ ਇਹ ਕੀ ਬਣ ਗਿਆ, 8x = 9 - 5y, x = 9 - 5y/8। ਠੀਕ ਹੈ, ਇਹ ਕਿੱਥੋਂ ਬਣਾਇਆ ਮੈਂ, ਇਕੁਏਸ਼ਨ 1 ਤੋਂ, ਪੁੱਟ ਕੇ ਦੇ ਵਿੱਚ ਕਰੂੰਗਾ ਇਕੁਏਸ਼ਨ 2 ਦੇ ਵਿੱਚ। ਤਾਂ 3x ਦੀ ਵੈਲਿਊ ਕੀ ਆ ਗਈ ਮੇਰੇ ਕੋਲ, 9 - 5y/8+2y = 4। ਕਲੀਅਰ ਚੀਜ਼ ਹੈ, ਸੌਖਾ ਜਿਹਾ ਸਵਾਲ ਹੈ। ਇਹਨੂੰ ਮਲਟੀਪਲਾਈ ਕਰ ਲਾਂਗੇ। ਇਹ ਮੇਰੇ ਕੋਲ ਕੀ ਆ ਗਿਆ, ਇੱਕ ਵਾਰੀ ਉਹਨਾਂ ਪਹਿਲਾਂ ਮਲਟੀਪਲਾਈ, ਇੱਕ ਵਾਰੀ ਉਹਨਾਂ ਮਲਟੀਪਲਾਈ, 9 - 27 - 15y/8+2y = 4। ਇਹਦੇ ਅਪੋਨ ਕੀ ਲੈ ਲਓ, 1। ਕਲੀਅਰ ਹੈ, ਫਿਰ ਇਹਨੂੰ ਸੋਲਵ ਕਰ ਲਓ। ਜੇ ਮੇਰੇ ਕੋਲ ਕੀ ਬਣ ਗਿਆ, ਇੱਕ ਬਣ ਗਿਆ 27। ਮਤਲਬ ਸਿੰਪਲ ਜੀ ਗੱਲ ਹੈ, ਤਾਂ ਐਲਸੀਅਮ ਲੈਣਾ ਪੈਣਾ ਮੈਨੂੰ। ਠੀਕ ਹੈ, ਇਹਨੂੰ ਦੋ ਤਰੀਕੇ ਨਾਲ ਦੇਖ ਲਓ। ਇਹਦਾ ਐਲਸੀਅਮ ਲੈਣਾ, ਇੱਦਾਂ ਲਿਖ ਲਓ, ਐਲਸੀਅਮ ਲੈ ਕੇ 8 ਦੇ ਟੇਬਲ ਦੇ ਵਿੱਚ 8 ਗਿਆ 1 'ਤੇ। ਠੀਕ ਹੈ ਜੀ, ਤਾਂ ਇਹ ਇਕੁਏਸ਼ਨ ਇੱਦਾਂ ਲਿਖੀ ਗਈ, 27 - 15y ਪਲੱਸ ਇਹਦਾ ਕੀ ਆ ਗਿਆ, ਇਹ 1 ਦੇ ਟੇਬਲ 'ਚ 8 ਕਿੰਨੇ ਗਿਆ, ਤਾਂ 8 ਅਤੇ 8 ਟੂ ਦਾ 16y। ਠੀਕ ਹੈ, = ਕੀ ਬਣ ਗਿਆ, ਇਹ 4 ਬਣ ਗਿਆ। ਜਦ ਤੁਸੀਂ ਇਹਨੂੰ ਸਿੰਪਲ ਕਰ ਲੈਂਦੇ, ਇਹਨੂੰ ਇਹਦੇ ਨਾਲ ਗੁਣਾ, ਇਹਨੂੰ ਇਹਦੇ ਨਾਲ ਗੁਣਾ, ਇਹਨੂੰ ਇਹਦੇ ਨਾਲ ਗੁਣਾ, ਨੀਚੇ ਨੂੰ ਨੀਚੇ 'ਚ ਗੁਣਾ, ਇਹਨੂੰ ਇਹਦੇ ਨਾਲ ਗੁਣਾ, ਇਹਨੂੰ ਇਹਦੇ ਨਾਲ ਗੁਣਾ। ਜੇ ਤੁਸੀਂ ਇਹਨੂੰ ਇਹਦੇ ਨਾਲ ਗੁਣਾ ਕਰਦੇ ਹੋ ਤਾਂ ਵੀ ਕੀ ਬਣਨਾ ਸੀਗਾ, 27 - 15y + 16y/8 = 4। ਇਹਦੇ ਵੀ ਅਪੋਨ 1 ਲੈ ਲਓ, ਫਿਰ ਕ੍ਰੋਸ ਮਲਟੀਪਲਾਈ। ਇਹ ਕੀ ਬਣ ਗਿਆ, 27 - 15y + 16y = 8 + 32 y ਸੋਲਵ ਕਰ ਲਓ, 27 ਇੱਕ ਹੈਗਾ ਪਲੱਸ ਦਾ y = 32 y = 32 ਮਾਈਨਸ, ਇਹਨੂੰ ਚੱਕ ਇੱਧਰ ਲਿਆਓ, ਮਾਈਨਸ ਦਾ 27, ਇੱਧਰ ਪਲੱਸ ਦਾ ਪਿਆ ਸੀਗਾ, ਤਾਂ y = ਕਿੰਨਾ ਗਿਆ, 5। ਹੁਣ y ਦੀ ਵੈਲਿਊ ਪੁੱਟ ਕਰ ਦਿਓ, ਕਿਹਦੇ ਵਿੱਚ ਪੁੱਟ ਕਰਨੀ ਆ। ਤਾਂ ਅਸੀਂ ਕਿਹੜੀ ਕੁਐਸਚਨ ਤੋਂ ਬਣਾਇਆ ਇਹਨੂੰ, ਇਹ ਪਹਿਲੀ ਸੀਗੀ, ਇਹ ਦੂਜੀ ਸੀਗੀ, ਤੀਜੀ ਕੁਐਸਚਨ 'ਚ ਪੁੱਟ ਕਰ ਦਿੰਦੇ ਹਾਂ, ਕਿਉਂਕਿ x ਇੱਕ ਪਾਸੇ ਪਿਆ ਹੈ ਤਾਂ x ਦੀ ਵੈਲਿਊ ਲੱਭ ਜੂਗੀ ਸਾਨੂੰ, x = 9 - 5y/8। ਇਹ ਥਰਡ ਇਕੁਏਸ਼ਨ ਬਣੀ ਸੀ ਮੇਰੇ ਕੋਲ ਨਾ, ਤਾਂ ਇਹ ਮੇਰੇ ਕੋਲ ਕੀ ਆ ਗਿਆ, x = 9 - 25/8। ਇਹ ਮੇਰੇ ਕੋਲ ਕੀ ਆ ਗਿਆ, x = -16/8 ਔਰ x = -2। ਇੱਕ ਵਾਰੀ x ਦੀ ਵੈਲਿਊ ਮੈਨੂੰ ਕੀ ਲੱਭ ਗਿਆ, -2, y ਕਿੰਨਾ ਲੱਭ ਗਿਆ ਮੈਨੂੰ, 5। ਇਹ ਕੀ ਸੀਗਾ, ਪ੍ਰਤੀਸਥਾਪਨ। ਠੀਕ ਹੈ, ਮੈਂ ਐਕਸ ਨਾਲ ਕੀਤਾ, ਤੁਸੀਂ ਵਾਈ ਨਾਲ ਵੀ ਕਰ ਸਕਦੇ ਹੋ, ਮੈਂ ਪਹਿਲੀ ਕੁਐਸਚਨ ਨਾਲ ਕੀਤਾ, ਤੁਸੀਂ ਦੂਜੀ ਕੁਐਸਚਨ ਨਾਲ ਵੀ ਕਰ ਸਕਦੇ ਹੋ, ਇਹ ਤੁਹਾਨੂੰ ਚੀਜ਼ਾਂ ਸਮਝ ਆਈ ਚੁੱਕੀਆਂ ਨੇ। ਤਾਂ ਬਾਕੀ ਹੁਣ ਇਹਦੇ 'ਚ ਕੀ ਆ, ਨੈਕਸਟ 'ਚ ਅਸੀਂ ਕੀ ਕਰਕੇ ਦੇਖਣਾ, ਤਿਰਛੀ ਗੁਣਾ ਕਰਕੇ ਦੇਖਣੀ ਆ। ਸਵਾਲ ਉਹੀ ਆ, ਦੋ ਵਾਰੀ ਕਰਕੇ ਦੇਖਣਾ ਨਾ ਇਹ, ਤਿਰਛੀ ਗੁਣਾ। ਤਾਂ ਤਿਰਛੀ ਗੁਣਾ ਵਿੱਚ ਕੀ ਹੋ ਗਿਆ ਸਾਡੇ ਕੋਲ, 8x + 5y = 9 ਸੀਗਾ, ਅਤੇ 3x + 2y = 4 ਸੀਗਾ। ਪਹਿਲਾਂ ਤੁਹਾਨੂੰ ਸਿੱਧਾ ਕਰਕੇ ਲਿਖੋ ਨਾ ਇਕੁਏਸ਼ਨ ਨੂੰ ਬਣਾ ਕੇ, 8x + 5y - 9। ਅੱਛਾ, ਸਿੱਧਾ ਕਰਕੇ ਲਿਖਣ ਦਾ ਮਤਲਬ ਇਹਨੂੰ ਸਟੈਂਡਰਡ ਫਾਰਮ 'ਚ ਲੈ ਕੇ ਆਓ। ਠੀਕ ਹੈ, ਸਹੀ ਵਰਡ ਇਹ ਆ, 3x + 2y - 4 = 0 = 0। ਤਾਂ ਤਿਰਛੀ ਗੁਣਾ ਦੇ ਵਿੱਚ ਕੀ ਕਰਨਾ ਫਿਰ, ਉਹੀ 30, 31, 12 ਲਗਾ ਦਿਓ। ਐਕਸ ਹੁਣ 1, ਹੁਣ ਮੈਂ 30, 31 ਥਾਂ 'ਤੇ a1 a2 ਨਹੀਂ ਲਿਖੂੰਗਾ, ਉਹ ਸਿੰਪਲ ਲਿਖ ਦੂੰਗਾ। ਠੀਕ ਹੈ, ਤਾਂ a1 a2 ਤੁਸੀਂ ਇੱਥੋਂ ਹੀ ਚੱਕ ਲੈਣੇ ਆ। ਇਹ ਤੁਹਾਡੇ ਕੋਲ ਕੀ ਹੈ, a1 a2 b1 b2 c1 c2, ਇੱਦਾਂ ਵੈਸੇ ਉੱਦਾਂ ਲਿਖ ਦਿੰਦਾ, 23, 31, 12 ਉੱਦਾਂ ਲਿਖ ਦਿੰਦਾ। ਠੀਕ ਹੈ ਜੀ, ਤਾਂ ਇਹ ਮੇਰੇ ਕੋਲ ਕੀ ਬਣ ਗਿਆ, 5 - 2 - 9 - 4 - 9 - 4 8 3 8 3
दो में कुल किया गया, फिर पंज ते दो, पहला उपरों से नीचे मल्टीप्लाई, ठीक है। ये तुम्हें की करना सीगा, ये की करना है, एक्स में इधर लिख लेना उपर, तो पंच चौका वी सीधे ही मैं कर लग गया, पंच चौका वी, चलो मैं लिख लेना दोबारा, सारे स्टेप लिख लेना। एक किया गया पंच ब्रैकेट च माइनस चार, फिर नीचे ची उपर जाना, थले विचकार माइनस लेना साइन, दो पहला क्योंकि नीचे ची उपर जा रहा, फिर नाइन, फिर इस इज इक्वल टू पाना, याद रखना वाई उपरों ची नीचे माइनस नाइन, थ्री माइनस द साइन नीचे ची उपर माइनस द फोर, बस ये प्लस माइनस के निशान का ध्यान रखना पेपर के, होर कुछ नहीं करना है। अठ तो दो, अठ ते दो तो गए उपरों ची नीचे चुपर गए, ये मेरे को आ गया माइनस द तीन ते पंच, ठीक है। मैं ए वन ए टू नहीं लिखा गया, ये मेरे को आ गया एक्स, ए किन आ गया पाँच चौका माइनस वी, प्लस द आ गया अठारह इज इक्वल टू वाई, नौ ती है माइनस सताई, एक बन गया प्लस द अठ चौका बत्ती, एक अठ दुनी सोलह माइनस द पंजती है पंद्रह, ये मेरे को आ गया फिर एक्स इजिकल टू माइनस टू, फिर मेरे को गया इजिकल टू वाई बाय फाइव माइनस टू, इतों माइनस फाइव इतने की आ गया वन बाय वन। एक बार इन्होंने इतना कंपेयर करना है, एक बार इन्होंने इतना कंपेयर करना है, एक्स माइनस टू इजिकल टू वन बाय टू, वन बाय वन इन ऊपर लैके तो एक्स इजिकल टू कि गया माइनस टू, तो दूजी बारी वाई वाला करना है, वाई बाय फाइव इजिकल टू वन बाय वन, वाई नूं उपर लै गए पंज बटा एक, वाई कि आ गया फाइव आ गया, ठीक है जी। तो एक्स की वैल्यू कि आ गई मेरे को माइनस टू, वाई की वैल्यू कि आ गई फाइव आ गई, तो तुम आप ही देख सकते हो किनू करन च घट टाइम लग्या है, प्रतिस्थापन करन घट टाइम लग्या है कि तिरछी गुणा विधि करन घट टाइम लग्या है, तुम आप ही सोच के देख सकते हो। तो उन्हें क्वेश्चन पूछा कि तुम कि किस विधि में ढुकमी बनते हो, जो घट टाइम लगेगी उही ढुकमी है, तो जो आसानी सॉल्व कर देगी उही ढुकमी हो जाएगी, ठीक है जी। ये थर्ड सम, ये वीडियो लैक्चर देखने लिए बहुत बहुत धन्यवाद, थैंक यू सो मच।